ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ? ਉਮੀਦ ਹੈ ਸਾਰੇ ਜਾਣੇ ਵਧੀਆ ਹੋਵੋਗੇ। ਅਤੇ ਅੱਜ ਸੀਗੀ ਜੀ ਰੱਖੜੀ, ਅਤੇ ਆਈ ਹੋਪ ਸਾਰੀਆਂ ਭੈਣਾਂ ਦੇ ਵੀਰ ਬਹੁਤ ਵਧੀਆ ਆਪਣੇ ਘਰ ਹੋਣਗੇ, ਅਤੇ ਬਾਬਾ ਜੀ ਹਮੇਸ਼ਾ ਉਹਨਾਂ ਦੀ ਲੰਮੀ ਉਮਰ ਕਰੇ, ਸਾਰਿਆਂ ਦੀ, ਜਿੰਨੇ ਵੀ ਮੇਰੇ ਭਰਾ ਨੇ ਅਤੇ ਜਿੰਨੇ ਵੀ ਭੈਣਾਂ ਦੇ ਭਰਾ ਜਿਹੜੇ ਬਾਹਰ ਰਹਿੰਦੇ ਨੇ ਜਾਂ ਆਪਣੇ ਇੱਥੇ ਨੇ, ਅਤੇ ਰੱਬ ਕਰੇ ਕਿ ਉਹਨਾਂ ਦੀ ਲੰਮੀ ਲੰਮੀ ਉਮਰ ਹੋਵੇ, ਕਦੇ ਵੀ ਕਿਸੇ ਭੈਣ ਤੋਂ ਜਿਹੜਾ ਉਹਦਾ ਭਰਾ ਦੂਰ ਨਾ ਹੋਵੇ। ਕਿਉਂਕਿ ਜਿਹੜਾ ਰੱਖੜੀ ਦਾ ਤਿਉਹਾਰ ਹੈ, ਖਾਸ ਕਰਕੇ ਭੈਣ ਭਰਾਵਾਂ ਦਾ ਬਹੁਤ ਖਾਸ ਤਿਉਹਾਰ ਆ, ਅਤੇ ਅਜੇ ਪਾਲ ਦਾ ਵੀ ਇਹ ਫਸਟ ਤਿਉਹਾਰ ਸੀਗਾ ਦੀਦੀ ਦਾ। ਅਤੇ ਅੱਜ ਸਵੇਰ ਦਾ ਜੋ ਹਾਲ ਹੋ ਰਿਹਾ ਨਾ, ਪਤਾ ਨਹੀਂ, ਬੜੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਉਸ ਵੱਲ ਗੱਲ ਨਾ ਖੜੀਏ, ਪਰ ਘੋੜ ਮੋੜ ਕੇ ਨਾ ਜਿੱਦਾਂ ਕਹਿੰਦੇ ਆ ਕਿ ਵਾਰ ਵਾਰ ਧਿਆਨ ਉੱਧਰ ਜਾਂਦਾ ਆ, ਕਿਉਂਕਿ ਅੱਜ ਰੱਖੜੀ ਆ। ਅਤੇ ਦੀਦੀ ਨੇ ਮਤਲਬ ਸਵੇਰੇ ਦੀਦੀ ਨੇ ਸਟੇਟਸ ਲਾਇਆ ਜੇ ਪਾਲ ਦਾ, 9:30-9 ਵਜੇ ਦੀ ਗੱਲ ਆ। ਅਤੇ ਇੰਨਾ ਸਟੇਟਸ ਦੇਖ ਕੇ ਜਿੱਦਾਂ ਸਾਰੀਆਂ ਯਾਦਾਂ ਜਿਹੜੀਆਂ ਵਾ ਉਹ ਦੁਬਾਰਾ ਆ ਜਾਂਦੀਆਂ ਨਾ, ਜਿੰਨਾ ਕਹਿੰਦੇ ਨਾ ਕਿ ਆਪਾਂ ਲੱਖ ਕੋਸ਼ਿਸ਼ ਕਰਕੇ ਆਪਣੇ ਆਪ ਨੂੰ ਸਟੇਬਲ ਕਰਦੇ ਹਾਂ, ਅਤੇ ਉਹ ਇੱਕ ਚੀਜ਼ ਵੇਖ ਕੇ ਅਤੇ ਸਭ ਕੁਛ ਫਿਰ ਖਤਮ ਹੋ ਜਾਂਦਾ ਵਾ। ਅਤੇ ਇੰਨਾ ਮਤਲਬ ਦੀਦੀ ਵੀ ਅੱਜ ਰੋਏ ਆ ਕਿ ਉਹਨਾਂ ਦੀਆਂ ਅੱਖਾਂ ਸਵੈਲਿੰਗ ਹੋ ਗਈ ਅੱਖਾਂ 'ਤੇ, ਅਤੇ ਇੰਨਾ ਜ਼ਿਆਦਾ ਸਾਰੇ ਅੱਜ ਇੰਨਾ ਮਨ ਖਰਾਬ ਕੀਤਾ। ਅਤੇ ਇਹ ਅੱਜ ਦੀ ਨਹੀਂ ਆ ਕਿ ਸਿਰਫ ਅੱਜ ਹੀ ਇੱਦਾਂ ਹੋਇਆ ਵਾ, ਜਦੋਂ ਵੀ ਗਾਂਹ ਕੁਛ ਵੀ ਹੋਊਗਾ ਸਾਡੀ ਲਾਈਫ ਵਿੱਚ, ਅਤੇ ਜਦੋਂ ਵੀ ਕੁਛ ਵੀ ਖਾਸ ਹੋਊਗਾ ਨਾ ਜ਼ਿੰਦਗੀ ਵਿੱਚ, ਅਤੇ ਉਦਣ ਜੋ ਯਾਦ ਹੁੰਦੀ ਆ ਨਾ ਬੰਦੇ ਦੀ, ਉਹ ਕਦੀ ਵੀ ਨਹੀਂ ਦਿਲ 'ਚੋਂ ਨਿਕਲਦੀ ਹੈਗੀ। ਇਹ ਗੱਲ ਨਹੀਂ ਹੈ ਕਿ ਆਪਾਂ ਆਪਣੇ ਕੰਮਾਂ 'ਚ ਲੱਗ ਜਾਂਦੇ ਹਾਂ ਜਾਂ ਜਿੱਦਾਂ ਲਾਈਫ 'ਚ ਬਿਜ਼ੀ ਹੋ ਜਾਂਦੇ ਹਾਂ, ਬੱਚਿਆਂ 'ਚ ਬਿਜ਼ੀ ਹੋ ਜਾਂਦੇ ਹਾਂ, ਅਤੇ ਇਹ ਨਹੀਂ ਕਿ ਸਾਨੂੰ ਉਹ ਬੰਦੇ ਦੀ ਯਾਦ ਨਹੀਂ ਆਉਂਦੀ ਪਈ। ਬਸ ਇਹ ਆ ਕਿ ਅਸੀਂ ਆਪਣੀ ਫੈਮਿਲੀ ਕਰਕੇ ਉਹ ਸਭ ਕੁਝ ਭੁੱਲ ਜਾਂਦੇ ਹਾਂ, ਭੁੱਲ ਵੀ ਨਹੀਂ ਸਕਦੇ ਕਿ ਆਪਣੀ ਲਾਈਫ 'ਚੋਂ ਥੋੜ੍ਹਾ ਜਿਹਾ ਸੈਡ 'ਤੇ ਕਰ ਦਿੰਦੇ ਹਾਂ, ਕਿ ਜਿਹੜਾ ਸਾਨੂੰ ਇੰਨਾ ਜ਼ਿਆਦਾ ਜਿਹੜਾ ਅਸੀਂ ਹੁਣ 24 ਘੰਟੇ ਤਾਂ ਬੰਦਾ ਹੈ ਨਾ ਰੋ ਨਹੀਂ ਸਕਦਾ, ਕਿ 24 ਘੰਟੇ ਬੰਦਾ ਆਪਣੇ ਬੱਚਿਆਂ ਵੱਲ ਨਾ ਦੇਖੇ ਅਤੇ ਬਸ ਰੋਈ ਜਾਏ, ਗਾੜੀ ਕੁਛ ਹੋਵੇ ਨਾ, ਹੈ ਨਾ ਆਪਣਾ, ਅਤੇ ਇੱਦਾਂ ਤਾਂ ਹੋ ਨਹੀਂ ਸਕਦਾ ਨੋਰਮਲੀ। ਅਤੇ ਬਾਕੀ ਹੁਣੇ ਮੈਂ ਨਾ ਦੀਦੀ ਚੈਨਲ 'ਤੇ ਹੁਣ ਵੀਡੀਓ ਪਾਈ ਸੀਗੀ ਪੰਜਾਬੀ ਲਾਈਫ ਐਂਡ ਵਲੋਗਸ, ਅਤੇ ਦੀਦੀ ਮਤਲਬ ਪਰਸੋਂ ਗਏ ਸੀਗੇ ਪਿੰਡ, ਅਤੇ ਉਹਨਾਂ ਨੇ ਮਤਲਬ ਵੀਡੀਓ ਪਾਈ ਸੀਗੀ ਉੱਥੇ, ਅਤੇ ਅਜੇ ਪਾਲ ਦੇ ਕੋਲ ਅਤੇ ਪਹਿਲਵਾਨੀ ਕਰਦੇ ਸੀਗੇ, ਅਤੇ ਉਹ ਸਾਰਾ ਕੁਝ ਵੀਡੀਓ ਹੁਣੇ ਹੀ ਮਤਲਬ ਮੈਂ ਦੇਖੀ ਸੀ, ਅਤੇ ਇੰਨਾ ਜ਼ਿਆਦਾ ਸਾਰਾ ਕੁਝ ਜਿਹੜਾ ਨਾ ਅੱਖਾਂ 'ਤੇ ਗਾੜੀ ਆ ਗਿਆ ਫੇਰ, ਕਿ ਕਿੱਦਾਂ ਹੈ ਨਾ ਉਹਨਾਂ ਨੇ ਆਪਣਾ ਸਾਰਾ, ਬੜੀ ਮਿਹਨਤ ਕਰਨੀ ਉਹਨਾਂ ਨੇ,
ਆਪਣਾ ਕਰਨਾ। ਮੈਂ ਜਿਹੜੀ ਸੀ ਨਾ, ਮੈਂ ਆਪਣੀ ਬੋਡੀ ਦਾ ਇੰਨਾ ਨਹੀਂ ਸੀ ਧਿਆਨ ਰੱਖਦੀ ਹੁੰਦੀ ਕਿ ਆਪਣੇ ਵੱਲ ਇੰਨਾ ਨਾ ਦੇਣਾ ਧਿਆਨ ਕਿ ਬਸ ਆਪਣੇ ਕਰਨਾ ਨਾ ਜਿੱਦਾਂ ਹੋਣਾ ਆ। ਹੁਣ ਤਾਂ ਬਸ ਕਹੀਏ ਕਿ ਟਾਈਮ ਕੱਢ ਰਹੇ ਹਾਂ ਕਿ ਚਲੋ ਆਪਣੀ ਬੋਡੀ ਨੂੰ ਥੋੜ੍ਹਾ ਜਿਹਾ ਜਿੰਨਾ ਸਾਡੇ ਅੰਦਰ ਭਰਿਆ ਹੋਇਆ ਨਾ, ਕਿ ਆਖੀਏ ਕਿ ਇੱਕ ਦੁੱਖ ਜਾਂ ਉਹ ਚੀਜ਼, ਉਹ ਦਰਦ, ਉਹ ਆਪਾਂ ਆਪਣੀ ਬੋਡੀ ਨੂੰ ਦਿੰਦੇ ਹਾਂ ਕਿ ਆਪਾਂ ਥੋੜ੍ਹਾ ਮਾਇੰਡ ਦੂਜੇ ਬੰਨੇ ਕਰਦੇ ਹਾਂ ਕਿ ਹਾਂ ਆਪਾਂ ਥੋੜ੍ਹਾ ਜਿਹਾ ਨਾ ਆਪਣੇ ਬੱਚਿਆਂ ਵੱਲ ਧਿਆਨ ਦੇਈਏ। ਬੜਾ ਕੁਛ ਕਰਦੇ ਹਾਂ ਲਾਈਫ ਵਿੱਚ, ਇਹ ਹਮੇਸ਼ਾ ਬੰਦਾ ਉਹ ਸਮਝਦਾ ਵਾ ਜਿਹੜਾ ਬੰਦਾ ਹਮੇਸ਼ਾ ਨਾ ਇਕੱਲਾ ਰਹਿ ਜਾਂਦਾ ਨਾ, ਖਾਸ ਕਰਕੇ ਉਹ ਬੰਦਾ ਹਮੇਸ਼ਾ ਅਗਲੇ ਬੰਦੇ ਨੂੰ ਸਮਝਦਾ ਵਾ ਕਿ ਹਾਂ ਕਿੱਦਾਂ। ਅਤੇ ਜੇ ਆਪਾਂ ਮਤਲਬ ਕਿ ਦੁਨੀਆ ਦੀ ਗੱਲ ਕਰੀਏ ਨਾ, ਕਿ ਦੁਨੀਆ ਦੇ ਹਿਸਾਬ ਨਾਲ ਆਪਾਂ ਆਪਣੀ ਲਾਈਫ ਜੀਣੀ ਆ, ਹੈ ਨਾ, ਅਤੇ ਉਹ ਤਾਂ ਬਹੁਤ ਹੀ ਔਖਾ ਅੱਜ ਕੱਲ੍ਹ ਦੇ ਟਾਈਮ 'ਚ, ਕਿਉਂਕਿ ਲੋਕ ਉਹ ਚੀਜ਼ ਮਤਲਬ ਕਿ ਇੱਦਾਂ ਲੈਂਦੇ ਆ, ਜੇ ਇਨਸਾਨ ਜਿੱਦਾਂ ਦਾ ਆਪਾਂ ਹੁਣ ਸਾਰੇ ਕੋਲ ਫੋਨ ਆ, ਹੈ ਨਾ, ਅਤੇ ਆਪਾਂ ਫੋਨ 'ਤੇ ਆਪਣੀ ਜਿਹੜੀ ਵੀ ਚੀਜ਼ ਆ, ਕੋਈ ਵੀ ਆ, ਆਪਾਂ ਸਟੇਟਸ ਲਗਾਉਂਦੇ ਹਾਂ ਵਟਸਐਪ 'ਤੇ ਲਗਾਉਂਦੇ ਹਾਂ ਜਾਂ ਇੰਸਟਾਗ੍ਰਾਮ 'ਤੇ ਲਗਾਉਂਦੇ ਹਾਂ, ਅਤੇ ਇਹ ਜ਼ਰੂਰੀ ਨਹੀਂ ਆ ਕਿ ਆਪਾਂ ਜੋ ਸਾਡੇ ਮਨ ਵਿੱਚ ਜਿੱਦਾਂ ਸਾਡੀ ਲਾਈਫ ਚੱਲ ਰਹੀ ਹੁੰਦੀ ਆ ਨਾ, ਜੇ ਉਹ ਸਾਨੂੰ ਚੀਜ਼ ਵਧੀਆ ਲੱਗਦੀ ਆ ਅਸੀਂ ਉਹ ਸਟੇਟਸ ਲਗਾਉਂਦੇ ਹਾਂ। ਇਹ ਨਹੀਂ ਕਿ ਆਪਾਂ ਕਿਸੇ ਨੂੰ ਉਹਨਾਂ ਦੇ ਸਟੇਟਸ ਤੋਂ ਜਾਂ ਉਹਨਾਂ ਦੇ ਇੱਕ ਦਿਨ ਦੇ ਸਟੇਟਸ ਤੋਂ ਅਸੀਂ ਉਹਨਾਂ ਦੀ ਸਾਰੀ ਲਾਈਫ 'ਤੇ ਜੱਜ ਨਹੀਂ ਨਾ ਕਰ ਸਕਦੇ ਹੈਗੇ। ਬਾਕੀ ਦੀਦੀ ਦੇ ਚੈਨਲ 'ਤੇ ਵੀਡੀਓ ਪਈ ਆ ਅਤੇ ਤੁਸੀਂ ਸਾਰੇ ਜਾਣਿਆਂ ਨੇ ਦੇਖਣੀ ਹੈ ਜਾ ਕੇ ਪੰਜਾਬੀ ਲਾਈਫ ਐਂਡ ਵਲੋਗਸ, ਕਿ ਅਜੇ ਪਾਲ ਦੀਆਂ ਉਹਨਾਂ ਨੇ ਪੁਰਾਣੀਆਂ ਯਾਦਾਂ ਪਾਈਆਂ ਹੋਈਆਂ ਜਦੋਂ ਕੋਲ ਕਰਦੇ ਹੁੰਦੇ ਸੀਗੇ। ਅਤੇ ਲਾਈਫ ਤਾਂ ਹੁਣ ਇੱਦਾਂ ਹੀ ਚੱਲਣੀ ਆ, ਇਹ ਤਾਂ ਹੁਣ ਇੱਦਾਂ ਆ ਕਿ ਬਸ, ਹੈ ਨਾ, ਆਪਣੇ ਆਪ 'ਚ ਇਨਸਾਨ ਜਿਹੜਾ ਵਾ ਉਹ ਬਾਅਦ ਵਿੱਚ ਹੌਲੀ ਹੌਲੀ ਜਿਹੜਾ ਨਾ ਇਨਸਾਨ ਗਿੱਝ ਜਾਂਦਾ ਵਾ ਆਪਣੇ ਵਿੱਚ ਰਹਿਣਾ, ਆਪਣੇ ਵਿੱਚ, ਬੱਚਿਆਂ ਵਿੱਚ। ਅਤੇ ਉਮੀਦ ਕਰਦੀ ਹਾਂ ਮੈਂ ਵੀ ਕਿ ਮੈਂ ਇੰਨੀ ਲੋਕਾਂ ਦੀ ਕੇਅਰ ਨਾ ਕਰਾਂ ਹੁਣ, ਅਤੇ ਆਪਣੀ ਲਾਈਫ ਵੇਖਾਂ, ਆਪਣੇ ਬੱਚੇ ਵੇਖਾਂ, ਆਪਣੇ ਮੋਮ ਡੈਡ ਵੇਖਾਂ, ਕਿਉਂਕਿ ਸਾਰੀ ਲਾਈਫ 'ਚ ਮੋਮ ਡੈਡ ਤੋਂ ਵੱਡਾ ਕੁਛ ਨਹੀਂ ਆ, ਆਪਣੇ ਬੱਚਿਆਂ ਤੋਂ ਵੱਡਾ ਹੁਣ ਮੇਰੇ ਲਈ ਕੁਛ ਨਹੀਂ ਆ, ਅਤੇ ਉਹਨਾਂ ਲਈ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਹਾਂ। ਬਾਕੀ ਜੋ ਅੰਦਰੋਂ ਕਹਿੰਦੇ ਨਾ ਕਿ ਇੱਕ ਫੀਲ ਹੁੰਦਾ, ਇੱਕ ਦਰਦ ਹੁੰਦਾ, ਉਹ ਤਾਂ ਸਾਨੂੰ ਹੀ ਪਤਾ ਵਾ, ਮੰਮਾ ਨੂੰ ਪਤਾ, ਦੀਦੀ ਨੂੰ ਪਤਾ, ਗਾੜੀ ਅਨੂ ਸਿੰਮੂ ਨੂੰ ਪਤਾ ਹੋਣਾ ਜਦੋਂ ਉਹਨਾਂ ਨੂੰ ਥੋੜ੍ਹੀ ਜਿਹੀ ਸਮਝ ਆਉਣੀ ਆ, ਕਿ ਹਜੇ ਉਹ ਬੱਚੀਆਂ ਵਾ। ਸਵੇਰੇ ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਨਾ ਸਵੇਰੇ ਮਤਲਬ ਇੱਦਾਂ ਸਟੇਟਸ ਦੇਖਿਆ, ਦੀਦੀ ਨਾਲ ਗੱਲ ਕੀਤੀ, ਦੀਦੀ ਬੜਾ ਰੋਣ ਡੇ, ਅਤੇ ਮੇਰਾ ਮਤਲਬ ਕਿ ਇੱਦਾਂ ਜਿੱਦਾਂ ਕਿ ਪੂਰਾ ਮੇਰਾ ਨਾ ਮਨ ਹੀ ਖਰਾਬ ਹੋ ਗਿਆ। ਮੈਨੂੰ ਇੱਦਾਂ ਹੋਇਆ ਕਿ ਜਿੱਦਾਂ ਬੜੇ ਚਿਰ ਦਾ ਜਿਹੜਾ ਬੰਦੇ ਦੇ ਅੰਦਰ ਗੁਬਾਰ ਭਰਿਆ ਹੁੰਦਾ ਨਾ, ਅਤੇ ਕੋਈ ਉਹਨੂੰ ਥੋੜ੍ਹਾ ਮਿਲੇ ਨਾ, ਪਿਆਰ ਨਾਲ ਗੱਲ ਕਰ ਲਏ, ਅਤੇ ਉਸ ਉੱਥੇ ਮਤਲਬ ਹੋ ਜਾਂਦਾ ਵਾ। ਅਤੇ ਦੀਦੀ ਵੱਲ ਰੋਂਦੇ ਵੱਲ ਵੇਖ ਕੇ ਨਾ
ਮੈਂ ਰੋਣ ਲੱਗ ਗਈ। ਮੈਂ ਕਿਚਨ 'ਚ ਸੀਗੀ ਅਤੇ ਮੈਂ ਗੈਸ ਬੰਦ ਕਰ ਦਿੱਤਾ, ਰੋਟੀ ਪਕਾਉਣ ਡਈ ਸੀ ਅਤੇ ਮੈਂ ਰੋਣ ਲੱਗ ਗਈ। ਅਤੇ ਸਿੰਮੂ ਮਤਲਬ ਇੱਦਾਂ ਕਰੀ, ਮੰਮਾ ਤੁਹਾਨੂੰ ਕੀ ਹੋਇਆ ਆ, ਮੰਮਾ ਤੁਸੀਂ ਕਿਉਂ ਰੋਣ ਡੇ ਆ, ਮੰਮਾ ਤੁਸੀਂ ਕੀ ਹੋਇਆ, ਤੁਹਾਡਾ ਹੱਥ ਸੜ ਗਿਆ ਆ। ਮਤਲਬ ਬੱਚੀ ਇੰਨਾ ਡਰ ਗਈ ਅਤੇ ਇੰਨਾ ਕਰੇ ਕਿ ਕਿਉਂ ਮਤਲਬ, ਅਤੇ ਉਹ ਸਭ ਦੇਖ ਕੇ ਇੱਦਾਂ ਹੋਏ ਕਿ ਜਦੋਂ ਇਹਨਾਂ ਨੇ ਵੱਡੀਆਂ ਹੋਣਾ ਉਦੋਂ ਇਹਨਾਂ ਨੂੰ ਪਤਾ ਲੱਗਣਾ ਕਿ ਸਾਡੇ ਪਾਪਾ ਬਾਰੇ, ਅਤੇ ਉਦੋਂ ਇਹਨਾਂ ਨੂੰ ਕਿੱਦਾਂ ਸਮਝਾਉਣਾ। ਹਲੇ ਉਹ ਬੱਚੀਆਂ, ਉਹਨਾਂ ਨੂੰ ਕੁਛ ਪਤਾ ਨਹੀਂ ਹੈਗਾ, ਅਤੇ ਪਤਾ ਤਾਂ ਲੱਗਣਾ ਹੀ ਆ ਜਦੋਂ ਵੱਡੀਆਂ ਹੋਣਾ, ਕਿੰਨਾ ਕੁ ਚਿਰ ਆਪਾਂ ਲਗਾ ਲਾਂਗੇ ਹੈ ਨਾ ਉਹਨਾਂ ਕੋਲੋਂ। ਬਾਕੀ ਇਹੋ ਹੀ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਦੀ ਪਾਪਾ ਦੀ ਜਗ੍ਹਾ 'ਤੇ ਮੈਂ ਨਹੀਂ ਲੈ ਸਕਦੀ, ਪਰ ਇੰਨਾ ਕੁ ਜ਼ਰੂਰ ਬਾਬਾ ਜੀ ਅੱਗੇ ਹੱਥ ਜੋੜਦੀ ਹਾਂ ਕਿ ਇੰਨਾ ਕੁ ਪਿਆਰ ਦੇਵਾਂ ਕਿ ਉਹ ਇਸ ਚੀਜ਼ ਨੂੰ ਹੈਂਡਲ ਕਰ ਸਕਣ ਕਿ ਸਾਡੀ ਮਾਂ, ਸਾਡੀ ਮੰਮਾ ਸਾਡੇ ਨਾਲ ਆ, ਅਤੇ ਉਹ ਵੀ ਸਮਝਣ ਗਾੜੀ। ਬਾਕੀ ਜੋ ਪਰਮਾਤਮਾ ਨੇ ਹੁਣ ਤੱਕ ਲਿਖਿਆ ਸੀਗਾ ਜਾਂ ਹੁਣ ਗਾੜੀ ਜੋ ਵੀ ਕਿਸਮਤ 'ਚ ਆ, ਉਹ ਤਾਂ ਹੁਣ ਬਾਬਾ ਜੀ ਨੇ ਕਰਨਾ ਹੀ, ਉਹ ਤਾਂ ਹੋਣਾ ਹੀ ਆ। ਅਤੇ ਬਿਲਕੁਲ ਹੁਣ ਕਹੀਏ ਨਾ, ਯਕੀਨ ਜਿਹਾ ਨਹੀਂ ਰਿਹਾ ਹੈਗਾ ਆਪਣੀ ਜ਼ਿੰਦਗੀ ਉੱਤੇ ਕਿ ਕੁਛ ਸਹੀ ਵੀ ਹੋਊਗਾ ਹੁਣ ਜ਼ਿੰਦਗੀ 'ਚ। ਪੈਨ ਪੁੱਤ ਉੱਥੇ ਅਲਮਾਰੀ 'ਚ ਹੀ ਆ, ਹੈਗਾ ਆ, ਦੇਖ ਆਉਂਦੀ। ਅਤੇ ਚਲੋ ਜੀ ਠੀਕ ਆ, ਕੁਛ ਦਿਲ ਦੀਆਂ ਗੱਲਾਂ ਕਹਿਣ ਨੂੰ ਦਿਲ ਕੀਤਾ ਸੀਗਾ ਅੱਜ। ਅਤੇ ਜਿਹੜੇ ਪਿਆਰ ਕਰਦੇ ਆ, ਬਹੁਤ ਸਪੋਰਟ ਕਰਦੇ ਹੋ, ਅਤੇ ਇੱਦਾਂ ਹੀ ਬਸ ਕਰਦੇ ਰਹੋ, ਅਤੇ ਵਧੀਆ ਵਲੋਗਸ ਲੈ ਕੇ ਆਉਂਦੀ ਰਹਾਂਗੀ। ਥੈਂਕ ਯੂ ਜੀ।